ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜੈਤਾ ਨੰਦਾ ਸਿੱਖ ਦੁਆ ਸੰਗ ਪਿਰਾਗਾ ਹੋਏ ਸ਼੍ਰੀ ਅਰਜਨ ਕੇ ਚਰਨ ਢਿੱਗ ਆਏ ਨਿਵੇਂ ਤ੍ਰੈ ਸੋਏ ਜੈਤਾ ਨੰਦਾ ਸਿੱਖ ਦੁਆ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਜੁਗੋ ਜੁਗਾ ਟਲ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਟਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਜੁੜ ਕਰਕੇ
दमदमी टकसाल के मुख हैडक्वाटर गुरद्वारा गुरदर्शन प्रकाश मेहता विखे हर साल की तरह जून 84 के घलूघारे दे उस महान शहीदी साके नूं जो अज तो 37 वरे पहला हिंदुस्तान की जालम सरकार ने निर्दयी सरकार ने कठोर सरकार ने बड़ी बेरहमी दे नाल सचखंड श्री हरिमंदर साहिब और मीरी पीरी दे महान केंद्र श्री अकाल तख्त साहब जी दे उत्ते तोपां टैंकां दे नाल भारी हमला कीता। ਉਹ ਸਾਕਾ 20ਵੀਂ ਸਦੀ ਦਾ ਇੱਕ ਮਹਾਨ ਸਾਕਾ ਹੈ ਜਿਸ ਨੇ ਪਿਛਲੇ 2 ਸਾਕਿਆਂ ਦੀ ਇਸ ਵਰਤਮਾਨ ਪਿਛਲੀ ਸਦੀ ਦੇ ਅੰਦਰ ਤਰਜਮਾਨੀ ਕੀਤੀ ਹੈ। ਪੱਛਮੀ ਸੱਭਿਅਤਾ ਦਾ ਕੁਝ ਐਸਾ ਅਸਰ ਕਬੂਲਦਿਆਂ ਸਾਡੀ ਇਸ ਧਰਤੀ ਦੀ ਜਵਾਨੀ ਗੁਰਸਿੱਖੀ ਧਰਮ ਤੋਂ ਸਿਦਕੀ ਸੂਰਿਆਂ ਦੀ ਮਹਾਨ ਕੁਰਬਾਨੀ ਤੋਂ ਮੁਨਕਰ ਹੋ ਚੁੱਕੀ ਸੀ ਔਰ ਪੁਰਾਤਨ ਸਿੰਘਾਂ ਨੇ ਜਿਨ੍ਹਾਂ ਨੇ 17ਵੀਂ ਸਦੀ ਵਿੱਚ 18ਵੀਂ ਸਦੀ ਦੇ ਵਿੱਚ ਲਾਸਾਨੀ ਕੁਰਬਾਨੀਆਂ ਦਿੱਤੀਆਂ ਸਨ ਜਾਂ 125,000 ਨਾਲ ਇੱਕ ਇੱਕ ਸਿੰਘ ਲੜ ਕੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ। ਬੜੇ ਬਿਖਮ ਸਮੇਂ ਦੇ ਵਿੱਚ ਕੌਮ ਨੇ ਬਹੁਤ ਵੱਡੀਆਂ ਖਾਲਸਾ ਪੰਥ ਨੇ ਕੁਰਬਾਨੀਆਂ ਦਿੱਤੀਆਂ ਔਰ ਸੰਸਾਰ ਦੇ ਤਲ ਉੱਤੇ ਇੱਕ ਅਨੋਖਾ ਇਤਿਹਾਸ ਸਿਰਜਿਆ। ਉਹਨਾਂ ਸਾਰੇ ਮਹਾਨ ਕਾਰਨਾਮਿਆਂ ਤੋਂ ਸਾਡੀ ਇਹ ਜਿਹੜੀ ਪੀੜ੍ਹੀ ਸੀ ਉਹ ਮੁਨਕਰ ਹੋ ਚੁੱਕੀ ਸੀ ਔਰ ਮਨ ਦੀ ਥੋਥੀ ਤਰਕ ਦੀ ਕਸਵੱਟੀ ਦੇ ਉੱਤੇ ਇਹ ਗੱਲ ਕਹਿ ਦਿਆ ਕਰਦੇ ਸਨ ਕਿ ਇਹ ਗੱਲਾਂ ਨਾਮੁਮਕਿਨ ਹਨ, ਇਹ ਵਾਪਰਨ ਵਾਲੀਆਂ ਨਹੀਂ ਹਨ, ਐਸੀ ਗੱਲ ਕਦੇ ਹੋ ਹੀ ਨਹੀਂ ਸਕਦੀ ਜੋ ਅਸੀਂ ਸੁਣਦੇ ਹਾਂ। ਸਤ ਸੰਗਤ ਜੀ, ਇਤਿਹਾਸ ਬਣਾਉਣ ਵਾਸਤੇ ਪਹਿਲਾਂ ਇਤਿਹਾਸ ਵਾਲੇ ਕਦਮਾਂ ਦੇ ਉੱਤੇ ਜੀਵਨ ਵਿੱਚ ਤੁਰਨਾ ਪੈਂਦਾ ਹੈ, ਇਤਿਹਾਸ ਸਿਰਜਣਾ ਪੈਂਦਾ ਹੈ, ਇਤਿਹਾਸਕ ਕਾਰਨਾਮੇ ਕਰਕੇ ਵਿਖਾਉਣੇ ਪੈਂਦੇ ਆ, ਫਿਰ ਉਹ ਇਤਿਹਾਸ ਗ੍ਰੰਥਾਂ ਦਾ ਰੂਪ ਧਾਰਨ ਕਰਦਾ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਹੀ ਸੇਧ ਪ੍ਰਦਾਨ ਕਰਿਆ ਕਰਦਾ, ਇਤਿਹਾਸ ਹੀ ਅਗਵਾਈ ਦਿਆ ਕਰਦਾ ਹੈ। ਤਾਂ ਇਸ 20ਵੀਂ ਸਦੀ ਦੇ ਵਿੱਚ ਇੱਕ ਮਹਾਨ ਆਤਮਾ ਇਸ ਧਰਤੀ ਦੇ ਉੱਤੇ ਪੈਦਾ ਹੋਈ ਔਰ ਲਾਸਾਨੀ ਕੁਰਬਾਨੀ ਦੇ ਜਿਉੜੇ, ਲਾਸਾਨੀ ਕੁਰਬਾਨੀ ਦੇ ਪੁੰਜ ਔਰ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਡਲੇ ਸਪੂਤ ਪੈਦਾ ਹੋਏ ਜਿਨ੍ਹਾਂ ਦਾ ਨਾਮ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਬਾਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੀ। ਉਹ ਮਹਾਂਪੁਰਖ ਕੱਲ੍ਹ ਨੂੰ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। 2 ਜੂਨ 1947 ਵਿੱਚ ਪਿੰਡ ਰੋਡੇ ਵਿਖੇ ਉਹਨਾਂ ਦਾ ਜਨਮ ਹੋਇਆ ਔਰ ਉਹਨਾਂ ਨੇ ਇਸ ਜੀਵਨ ਦੇ ਕਦਮ
अपनी शहादत देण वल नूं बड़ी तेजी नाल वधाए है। जदों आपां उहनां दा समुच्चा जीवन देखदे हाँ, जीवन दे उत्ते झात पाउंदे हाँ, तां बहुत छोटी उम्र है महापुरखां दी, 30-32 साल की उम्र च दमदमी टकसाल के मुखी बन जाना और 36-37 साल की उम्र के वड्डे वड्डे कारनामे वड्डा वड्डा इतिहास सिरज के शहादत दे देनी, ये कोई आम घटना नहीं, ये बहुत वड्डे लासानी करिश्मे है, लासानी करामातां हन। ये गुरु कलगीधर पातशाह जी का मेहर भरी, बख्शिश भरी, कृपा भरी नज़र दी करामात है। सो सात संगत जी, उन्हां महापुरखां ने पंजाब दे कोने कोने विच ही नहीं बल्कि हिंदुस्तान दे कोने कोने विच थोड़े थोड़े समय विच जा के से कौम दे अंदर सिखी स्पिरिट दा ऐसा संचार कीता कि सुती हुई कौम नूं उन्होंने जगाया, सुती कौम नूं हलूणा दिता और फिर इस धरती दे वसनीक और जेडे विद्या दी साण उत्ते जिन्हां ने अपनियां बुद्धियां नूं बड़ा मलीन और तीक्षण कीता होया, विद्या तां वैसे बुद्धि नूं निर्मल करन दा कम करदी है पर कई वेरी बंदा विद्या ज़्यादे पढ़ के दुनियावी विद्या नूं एकत्र करके कई वेरी बंदे दी बुद्धि मलीन भी हो जाती है, शंकावादी भी हो जाती है, किंतु और नुकता चीनी का शिकार भी बन जाती, मनमुख विद्या विकरदा बिख खट्टे बिख खाए वाली हालत भी हो जाती है। और उन्होंने करिश्माई जीवन नूं वेख के यूनिवर्सिटियां दी जवानी, कॉलेजां दी जवानी, स्कूलां दी जवानी, पिंडां दी जवानी, शहरां दी जवानी, मुड़ के सिखी दी उस महान धारा दे विच जिन्हां नूं गुरसिखी दी मुख धारा कहा जांदा है, उस लड़ी विच अपने आप नूं समुची जवानी ने परोया। और जदों June 84 दा अज तो 37 साल पहला हिंदुस्तान दी जालम हुकूमत हरिमंदर साहब ते हमला करदी है, अज दा दिन बड़ा भयानक दिन सी, जदों पंजाब दी समुची धरती दे उत्ते हिंदुस्तान दी जालम सरकार ने ऐसा भय वाला माहौल सिरजिया होया सी कि पंजाब दे विच मौत दा मौत वर्गी एक ऐसी भयानक दशा वापरी होई सी कि मानो मौत दा ही इत्थे सन्नाटा छाया होया। जिन्हां ने उदों दा ये माहौल वेख्या वो जानते हैं कि पंजाब दे एक एक चप्पे दे उत्ते मिलटरी का कब्जा किया होया सी और सारियां सड़कां बंद कीतियां हुईयां सन। इत्थों तक जालम सरकार ने अत्याचार करन लई फौज नूं हर मोड़ ते हर कदम ते लाया होया सी कि जिहड़ा व्यक्ति भी अपने घर तों बाहर आ के अपना सिर कढ़ेगा वह गोली का शिकार बना दिता जाएगा। ऐसी भयानक हालत उस समय पंजाब दी पूरे दी बनी हुई सी और श्री हरिमंदर साहब श्री अकाल तख्त साहब नूं लखां दी जालम फौज ने घेरा पाया होया सी, तोपां और टैंकां दे मूँह श्री हरिमंदर साहब श्री अकाल तख्त साहब वल नूं कीते हुए सन। सतीश जैकब मार्क टुली जो बड़े प्रसिद्ध पत्रकार हुए है जिन्हां ने इंदिरा गांधी दी अंतम लड़ाई नाम दी किताब लिखी है, पुस्तक लिखी है, ओ इन्हां दिनां दे विच 1 जून तो पहले ही कुछ दिन
महापुरुख संत बाबा जरनैल सिंह जी खालसा पिंडरां वालियां दी जा के श्री हरिमंदर साहिब इंटरव्यू की। सारी इंटरव्यू दे विच सुनन तो बाद जदों सतीश जैक बीमार कटुली थले पौड़ियां उतर के हरिमंदर साहब तो बाहर आउंदे है, मार्क टुली सतीश जैकब नूं सवाल करदा कि पिंडरां वाले दियां गल्लां जिहड़ियां तुसी सुनियां, जो इंटरव्यू तुसी सुनी है, जो उन्होंने साडियां गल्लां दे तर्कपूर्ण जवाब दिते है, सतीश जैकब तू की महसूस करदा? सतीश जैकब अगों जवाब दिंदा कि मार्क टुली, मैं दुनिया विच वड़े वड़े सियासतदानां दियां, लीडरां दियां, वड़े वड़े फलासफर बुद्धि जनां दियां इंटरव्यूआं लईआं, पर मैं पहली बार ये गल वेखी है कि एक ऐसे आम जिहड़ा सिखां दा एड्डा वड़ा जंगजू लीडर है कि पहली बार जिसने साड़ी हर गुल का जवाब दे के सानू निरुत्तर कर दिता है, मैं जिंदगी दे विच पहली बार ऐसे मनुख नू अपनी अखां दे सामने मिलिया और वेखिया। और फिर मार्क टुली नू, मार्क टुली सतीश जैकब नू पुछदा कि पिंडरां वाले दा तू प्रभाव किहो जा लिया? वो अगे लिखदा कि जिवें पुराने समयां विच अवतारां दियां गाथावां पढ़ियां सुनियां विचारां कीतियां जांदियां हन कि अवतारी लोग ऐसी डील डौल ऐसी शख्सियत दे मालक हुंदे है, कहिंदे सानू अज पिंडरां वाले संतां विच्चों ओ मूर्तिमान रूप दे विच सारा अवतारी दिख और वातावरण जिहड़ा महसूस होया कि जिवें अवतार लोग अपनी कौम नूं अपने पंथ नूं कोई देण दे के जांदे है, इस तरह ये जरूर अपनी कौम लई कुछ करेगा। अगला सवाल फिर मार्क टुली सतीश जैकब नूं करदा कि इंदिरा गांधी ने फैसला कर लिया हरिमंदर साहब ते हमला करन लई, और वो जरूर हमला करेगी, की पिंडरां वाला संत इंदिरा गांधी दे हिंदुस्तान दी हकूमत दे मुकाबले दे सामने खड़ो सकेगा, उस मुकाबले दा मुकाबला कर सकेगा? तो उस वक्त सतीश जैकब ये गल कहिंदा कि मार्क टुली, आपां सिखां दे दूसरे लीडरां नूं भी मिले हाँ, वो कौम दियां हकीकतां नूं चंगी तरह जाणदे भी है, समझदे भी है, पर तुर अंदरों वो महसूस नहीं करदे क्योंकि उन्हां दे उत्ते राजनीति दा गलबा छाया ते मनो वो धोखेबाज है, अपनी कौम नाल धोखा करन तों कदे पिछे नहीं हटदे, पर ए संत अपनी कौम दे दखांत नूं दिलों महसूस करदा कि साडी कौम गुलाम है, असी अपनी कौम दियां गुलामी दियां जंजीरां कट्टणियां, इस करके मैं ये गल दृढ़ता पूर्वक कह सकदा जिन्ना चिर इहदे कोले बैठ के इंटरव्यू दित्ती है, ये जालम इंदिरा गांधी दियां फौजां दा छाती अगे डाट के डा के डट के मुकाबला करेगा, और कदे वास्ते भी हिंदुस्तान दी ईन नहीं मन्नेगा, हिंदुस्तान दी जालम सरकार दी ईन नहीं मन्नेगा, ना ही जालम फौजां दे अगे हथियार सुट्टेगा, और ये जरूर मर्द दलेरां दी तरह लड़ के कुर्बानी देगा इस धरती दे उत्ते। सो साध संगत जी, ऐसे ऐसे दानश्वर लोग जिहड़े महापुरखां नूं मिले
ਉਹਨਾਂ ਦੇ ਬਹੁਤ ਅਨੁਭਵ ਹਨ। ਸੁਹਿਰਦ ਸੰਤ ਖਾਲਸਾ ਪੁਸਤਕ ਲਿਖੀ ਗਈ ਹੈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਵੱਲੋਂ, ਬਹੁਤ ਸੋਹਣੇ ਉਹਦੇ ਵਿੱਚ ਮਹਾਂਪੁਰਸ਼ਾਂ ਦੇ ਵਾਕਿਆਤ ਦਰਜ ਕੀਤੇ ਗਏ ਹੈ। ਸੰਪੂਰਨ ਜੀਵਨ ਤਾਂ ਕਿਸੇ ਮਹਾਂਪੁਰਖ ਦਾ ਲਿਖਣਾ ਅਸੰਭਵ ਹੀ ਹੁੰਦਾ, ਕਿਉਂਕਿ ਸੰਤ ਦਾ ਜੀਵਨ ਸਮੁੰਦਰ ਵਰਗਾ ਅਥਾਹ ਹੁੰਦਾ। ਜਿਵੇਂ ਸਮੁੰਦਰ ਨੂੰ ਕੁਝੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਇਵੇਂ ਕਿਸੇ ਮਹਾਂਪੁਰਖ ਦੀ ਕਮਾਈ ਕਰਨੀ, ਉਹਦੀ ਕੁਰਬਾਨੀ ਨੂੰ, ਉਹਦੀ ਤਪੱਸਿਆ ਨੂੰ, ਉਹਦੀ ਘਾਲਣਾ ਨੂੰ, ਉਹਦੇ ਪਰਉਪਕਾਰਾਂ ਨੂੰ, ਇੱਕ ਕੀ ਸੈਂਕੜੇ ਗ੍ਰੰਥਾਂ ਦੇ ਵਿੱਚ ਵੀ ਉਸ ਨੂੰ ਸੰਪੂਰਨ ਨਹੀਂ ਲਿਖਿਆ ਜਾਂਦਾ ਹੁੰਦਾ। ਇਹ ਸੁਭਾਵਿਕ ਹੈ, ਕਿਉਂਕਿ ਜਿੰਨੇ ਜਿੰਨੇ ਵੀ ਉਹਨਾਂ ਮਹਾਂਪੁਰਸ਼ਾਂ ਦੇ ਸੰਪਰਕ ਦੇ ਵਿੱਚ ਆਏ, ਜਿਹਨੇ ਉਹਨਾਂ ਦੀ ਸੰਗਤ ਤੋਂ ਵਰੋਸਾਏ ਗਏ, ਹਰ ਇੱਕ ਨੂੰ ਆਪਣੇ ਜੀਵਨ ਦੇ ਵਿੱਚ ਵੱਖ ਵੱਖ ਅਨੁਭਵ ਉਹਨਾਂ ਦੀ ਸੰਗਤ ਤੋਂ ਪ੍ਰਾਪਤ ਹੋਏ, ਸਿੱਖਿਆ ਮਿਲੀ ਔਰ ਜੀਵਨ ਦੀ ਸੇਧ ਪ੍ਰਾਪਤ ਹੋਈ, ਔਰ ਹਰ ਖੇਤਰ ਦੇ ਵਿੱਚ ਉਹਨਾਂ ਨੇ ਮਹਾਨ ਵੱਡੇ ਤੋਂ ਵੱਡੇ ਕ੍ਰਿਸ਼ਮਈ ਜੀਵਨ ਦੇ ਵਿੱਚ ਕੌਤਕ ਵੀ ਕੀਤੇ ਹੁੰਦੇ ਆ। ਇਸ ਕਰਕੇ ਉਹ ਬੜਾ ਕਠਿਨ ਹੁੰਦਾ ਹੈ। ਸੋ ਸਾਧ ਸੰਗਤ ਜੀ, ਐਸੇ ਉਹ ਮਹਾਂਪੁਰਖ ਜਿਨ੍ਹਾਂ ਨੇ ਬੜੀ ਦ੍ਰਿੜਤਾ ਪੂਰਵਕ ਆਪਣੇ ਸਹਿਯੋਗ ਸਾਥੀ, ਆਪਣੀਆਂ ਸੱਜੀਆਂ ਖੱਬੀਆਂ ਬਾਹਾਂ, ਜਥੇ ਦੇ ਸਿੰਘ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਅਮਰ ਸ਼ਹੀਦ ਜਰਨਲ ਸਰਦਾਰ ਸੁਬੇਗ ਸਿੰਘ ਜੀ ਔਰ ਅਮਰ ਸ਼ਹੀਦ ਜਥੇਦਾਰ ਬਾਬਾ ਠਾਰਾ ਸਿੰਘ ਜੀ ਸਮੇਤ, ਅੱਜ ਦੇ ਦਿਨ ਤੋਂ ਜ਼ਾਲਮ ਸਰਕਾਰ ਦੀ ਜੋ ਕੁਟਲ ਨੀਤੀ ਸੀ, ਜੋ ਉਸ ਜ਼ਾਲਮ ਸਰਕਾਰ ਦੀ ਜ਼ਾਲਮਾਨਾ ਨੀਤੀ ਸੀ, ਜੋ ਕੌਮ ਨੂੰ ਹਮੇਸ਼ਾ ਲਈ ਨੇਸ ਤੋਂ ਨਬੂਦ ਕਰਨ ਦਾ ਇੱਕ ਤਹੱਈਆ ਜ਼ਾਲਮ ਸਰਕਾਰ ਨੇ ਕੀਤਾ ਹੋਇਆ ਸੀ, ਉਸ ਦਾ ਬੜੀ ਦ੍ਰਿੜਤਾ ਪੂਰਵਕ ਡਟ ਕੇ ਮੁਕਾਬਲਾ ਕਰਦਿਆਂ ਅੱਜ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੋਂ ਚੜ੍ਹ ਕੇ ਆਏ ਜਰਵਾਣਿਆਂ ਦਾ ਖਿੜੇ ਮੱਥੇ ਡਟ ਕੇ ਮੁਕਾਬਲਾ ਕਰਨਾ ਸ਼ੁਰੂ ਕੀਤਾ, ਔਰ ਇੱਕ ਇੱਕ ਕਰਕੇ ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ ਸ਼ੁਰੂ ਹੋਈਆਂ। ਸਾਧ ਸੰਗਤ ਜੀ, ਜ਼ਾਲਮ ਸਰਕਾਰ ਦੀ ਖੋਟੀ ਨੀਅਤ ਤੁਸੀਂ ਵੇਖੋ, ਕੱਲਾ ਹਰਿਮੰਦਰ ਸਾਹਿਬ ਨੂੰ ਆਪਣੇ ਜਬਰ ਔਰ ਜ਼ੁਲਮ ਦਾ ਨਿਸ਼ਾਨਾ ਨਹੀਂ ਬਣਾਇਆ, 37 ਹੋਰ ਗੁਰਧਾਮਾਂ ਨੂੰ ਵੀ ਉਸ ਸਮੇਂ ਦੀ ਜ਼ਾਲਮ ਫੌਜ ਨੇ ਘੇਰਾਬੰਦੀ ਕਰਕੇ ਉੱਥੇ ਵੀ ਗੁਰ ਅਸਥਾਨਾਂ ਦੀਆਂ ਘੋਰ ਬੇਅਦਬੀਆਂ ਕੀਤੀਆਂ ਔਰ ਵੱਖ ਵੱਖ ਗੁਰਧਾਮਾਂ 'ਤੇ ਸਿੰਘਾਂ ਨੂੰ ਸ਼ਹੀਦ ਵੀ ਕੀਤਾ। ਇਸ ਕਰਕੇ ਮੈਂ ਜਿਵੇਂ ਬੇਨਤੀ ਕੀਤੀ ਸੀ ਨਾ ਕਿ ਦੋ ਘੱਲੂਘਾਰੇ ਦੋ ਸਦੀਆਂ ਵਿੱਚ ਪਹਿਲਾਂ ਵਾਪਰੇ ਸਨ, ਉਹ ਘੱਲੂਘਾਰਿਆਂ ਦੇ ਇਤਿਹਾਸ ਪੜ੍ਹੇ ਸਨ ਸਾਡੀ ਜਵਾਨੀ ਨੇ, ਸਾਡੇ ਬਜ਼ੁਰਗਾਂ ਨੇ, ਪਰ ਉਹਨਾਂ ਘੱਲੂਘਾਰਿਆਂ ਨੂੰ ਪ੍ਰਤੱਖ ਦੇ ਵਿੱਚ ਇਹ ਜਿਹੜੀ ਸਦੀ ਲੰਘੀ ਹੈ ਜਾਂ ਚੱਲ ਵੀ ਰਹੀ ਅਗਲੀ 21ਵੀਂ ਸਦੀ, ਇਹ ਬੜੀ ਤਰਕਵਾਦੀ ਸਦੀ ਹੈ। ਇਹਦੇ ਵਿੱਚ ਲੋਕਾਂ ਦੀਆਂ ਬੁੱਧੀਆਂ ਦੇ ਵਿੱਚ ਇੱਕ ਤਰਕ ਦਾ ਬੜਾ ਵੱਡਾ ਪੱਖ ਜਿਹੜਾ ਹੈ, ਤਰਕ ਦਾ ਕੀੜਾ ਹੈ, ਲੋਕਾਂ ਦੇ ਦਿਮਾਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਕਰਕੇ ਉਹਨਾਂ ਸਾਰੀਆਂ ਤਰਕਾਂ ਦਾ ਜਵਾਬ ਦਿੰਦਿਆਂ ਹੋਇਆਂ, ਜਿਵੇਂ ਪੁਰਾਣੇ ਸਿੰਘਾਂ ਨੇ ਜਦੋਂ ਆਪਣਾ ਕਾਨੂੰ ਬਾਣ ਦੇ ਸ਼ੰਭ ਵਿੱਚ ਸਿੰਘਾਂ ਨੂੰ ਘੇਰੇ ਪੈਂਦੇ ਆ ਔਰ ਉੱਥੇ 15 ਤੋਂ 16 ਹਜ਼ਾਰ ਸਿੰਘ ਸ਼ਹੀਦੀ ਪਾ ਜਾਂਦੇ ਆ, ਇੱਕ ਪਾਸੇ ਰਾਵੀ ਦਰਿਆ, ਦੂਜੇ ਪਾਸੇ ਕਾਨੂੰ ਬਾਣ ਦਾ ਸ਼ੰਭ, ਤੀਸਰੇ ਪਾਸੇ ਰੇਤਲੇ ਮਾਰੂ ਟਿੱਬੇ ਔਰ ਜੇਠਾੜ ਦੀ ਤਪਦੀ ਪੂਰੀ ਗਰਮੀ ਪੈ ਰਹੀ ਹੈ, ਅਤੇ ਇੱਕ ਇੱਕ ਸਿੰਘ ਨੇ ਕਿਵੇਂ ਮੁਕਾਬਲਾ ਕੀਤਾ ਹੋਣਾ ਕਾਨੂੰ ਬਾਣ ਦੇ ਸ਼ੰਭਾਂ ਦੇ ਵਿੱਚ, ਉਹ ਸਾਡਾ ਇਤਿਹਾਸ ਸਾਨੂੰ ਸਾਰੀ ਜਾਣਕਾਰੀ ਦਿੰਦਾ। ਫਿਰ ਅਗਲਾ ਘੱਲੂਘਾਰਾ ਕੋਪਰ ਹੀੜੇ ਦਾ ਵਾਪਰਦਾ, ਜਿੱਥੇ 35 ਹਜ਼ਾਰ ਸਿੰਘ ਮਲੇਰਕੋਟਲੇ ਦੇ ਕੋਲ ਜਾ ਕੇ ਸ਼ਹੀਦ ਹੁੰਦੇ ਹੈ
और बदाली ऐलानिया तौर पर ऐलान कर दिता कि मैं सारे सिख अज मार के मुका के खत्म कर दते। उस जंग दे विच कुछ सिंह जड़े फटड़ होए हुए सन, जदों अबदाली की ऐसी गल सुनी उहदे जरनैलां दी, तां सिंघां ने फटड़ हुई हालत दे विच भी खड़े हो के गज के डकारे गजाए और अपने पंथ की ज्यूंदी जांग की हस्ती का सबूत दिता कि मनू साडी दात्री असी मनू दे सोए, ज्यों ज्यों मनू वढ़दा सी दून सबाए होए। जिवें मीर मनू बादशाह ने जुल्म किए सन, अत्याचार किए सन, इन्हां इतिहासक पंक्तियां नूं साकार किया कि जिन्ना जुल्म करके खालसे नूं शहीद करोंगे, जे एक शहीद इस धरती ते होएगा तां सौ उन्हां दे वारस इत्थे पैदा होणगे। एक दी थां ते सौ सौ हज़ार हज़ार सिख पंथ दा वारस पैदा होएगा। और साध संगत जी, वह घल्लूकारिया ने कौम दे उत्ते बड़ा वड्डा अत्याचार सारी कौम ने देखिया, हंडाया अपने पिंडे दे उत्ते, कुआं दे विच जंगा लड़ियां। और 19वीं सदी दे विच फिर जदों ये घल्लूकारा वापरदा, जिन्हों आपां तीसरा घल्लूकारा कहिंदे हां, ये कौम लई तीसरा घल्लूकारा है। 1 जून तो लैके 6 जून 1984 तक इस घल्लूकारे ने भी, बल्कि साध संगत जी उदों तां रवायती शस्त्रां दे नाल मुकाबला सी, और ये सदी दे विच जिहड़ा मुकाबला होया रवायती शस्त्रां वालिया ने हैलीकाप्टरां दा, तोपां दा, टैंकां दा, मशीन गन्नां दा एड्डी वड्डी दृढ़ता पूर्वक ढंग दे नाल मुकाबला कीता कि हिंदुस्तान की सरकार भी उस वक्त थर थर कंब रही सी कि किहड़े जज्बे दे नाल, किस वीरता दे नाल ये सूरमे मुकाबला कर रहे हैं। और 24 घंटे लगातार, जिवें पुराने सिंघां दा आपां सुनिया ना भी, एक एक मुठ खा के लंगरां दे विच्चों तेरा खालसा, घूर कौर मौत नूं डरावे तेरा खालसा, ओ सारा वातावरण संत बाबा जरनैल सिंह जी खालसा और उन्हां दे नाल दे सिंघां ने भी एक एक मुठ छोलियां दी भुज्जियां दी खा के, पानी दा एक एक बाटा पी के 24-24 घंटे रात दिन लगातार जालमां दे नाल मोर्चेबंदी दे विच जूझदे रहे, और एक एक सिंह कुर्बान हुंदा रहा, शहीद हुंदा रहे। और 6 दिन लगातार 24 घंटे रात दिन एक घमसान दा जंग जारी रहा। एक पासे तोपां टैंकां हवाई हमला, एक पासे केवल रवायती धार्मिक शास्त्र हन सिंघां दे पास, पर गुरु दी कृपा, जाम गुरु हे वल धनै क्या गारब दिजे, जाम गुरु हे वल लख बाहे क्या किजे। जदों गुरु वाले लखां बाहां भी किसी का वाल विंगा नहीं कर सकदियां, उस समय इन्हां सिंघां ने लासानी कुर्बानियां और शहादतां दे के इस 21वीं सदी दे विच अनोखा इतिहास सिरजिया। और सारी दुनिया इस गल नूं मनन लई मजबूर होई कि जिहड़ी वीरता कलगीधर पातशाह ने 17वीं सदी विच खालसे नूं बख्शी, जिहड़ी 18वीं सदी विच बख्शी, उही वीरता, उही जज्बा, उही कौमी शक्ति, उही पंथक ताकत अज भी खालसे दे विच उवें जिवें संचार कर रही है, वरत रही है। सो साध संगत जी, ऐसे अपने महान शहीदां दी याद विच आप जुड़ के बैठे हो, और साडा सारिआं दा फर्ज है, ये दमदमी टकसाल दा हैडक्वाटर है, और इस हैडक्वाटर दे उत्ते महापुरख संत बाबा जरनैल सिंह जी खालसा जी दी दमदमी टकसाल दे मुखी वजों भी चोण होई। और इस हैडक्वाटर दियां उन्हां ने
महापुरुष संत बाबा करतार सिंह जी खालसा जी दे समय हत्थी सेवावां कीतियां और इसे हेडक्वार्टर ते 20 सितंबर 1981 नू लखां दे इकट्ठ विच उन्होंने गिरफ्तारी भी दित्ती सी। ते जदों धर्मजुद मोर्चा आरंभ किया उन्हां महापुरखां ने 82 दे विच जुलाई विच उदों भी इसे हेडक्वार्टर तो अरदास करके गए सन श्री अमृतसर साहिब और जेडे सिंह नाल एक एक करके शहीद होए उन्हां शहीदों का भी ये घर है, उन्हां दा भी रहण बसेरा है, उन्हां दा भी निवास स्थान है। उन्होंने बचपन में आ के इत्थे जथे विचों गुरमत की विद्या प्राप्त की, वड्डे होए और जथे विच रह के अपना तान मान धन सब कुछ कौम की खातर कुरबान किया। इस करके ये स्थान उन्हां शहीदों का अपना स्थान, अपना निजी घर है। आपां उन्हां शहीदों के इस पावन स्थान ते बड़ी श्रद्धा नाल हर साल ही ये शहीदी घल्लूकारा हफ्ता मनाउंदे हाँ। सारा इलाका ही, सारे संसार भर के विच्चों जिन्नियां भी सिख संगतां गुरसिखी नाल धन गुरु ग्रंथ साहिब जी नाल जुड़ियां होईयां, पंथ दा जिन्ने भी अंग है वह सारिआं दी आस इसे स्थान ते लगी हुंदी है। और इन्हां दिनां विच जो लाइव चैनलों के उत्ते चल रहा विदेशों तक संगतां इस समागम दे नाल तुर अंदरों जुड़िया हुई हैं। इस करके आपां ये उन्हां शहीदां दी याद मनाउण दा तुच्छ यतन करीदा है कि आपां अपने शहीदां दी सेवा दे विच कुछ ना कुछ अपना योगदान पा सकीए। जे आपां उन्हां शहीदां दी याद नहीं मनावांगे, महापुरख संत बाबा जरनैल सिंह जी खालसा दी जी याद नहीं मनावांगे, तो अपने नालों वड्डा किरत कण होर कोई नहीं हो सकता। और किरत कण बंदा सब तो वड्डा सृष्टि का पापी मन्या जांदा, फिर साढ़े नालों वड्डा पापी होर कोई नहीं होएगा। इस करके आपां अपना फर्ज अदा करना कि उन्हां शहीदों की याद बड़ी श्रद्धा नाल, सत्कार नाल, भावना नाल, उत्साह नाल मनाउणी है, ता कि दुनिया में यह गल का संदेश जा सके कि शहीदां प्रति सारी कौम अज पूर्ण रूप दे विच समर्पित है, दिलों सारी कौम शहीदां दे नाल जुड़ी हुई हुई है। सो आओ संगत जी गुर इतिहास की कथा आप संगतां मन बिरती नूं एकागर करके सरवण करो। धन गुरु अर्जन देव सच्चे पातशाह महाराज जी पिछले साल COVID-19 की महामारी का बड़ा क्रोप सारी दुनिया में फैलिया होया सी, पर मैं जदों पिछले साल संगतां दा उत्साह वेख्या, संगतां दे सत्कार विच मेरा आप मुहारे सिर झुक गया कि धन गुरु की संगत किसी भी संकट की परवाह ना करती हुई इत्थे हजारां की गिणती दे विच संगतां रोज़ शहीदी घल्लूकारे दे समागम में आ के हाजरी भरदियां रहियां। और इस वेरी भी वह प्रकोप बड़ा भारी सारे संसार विच फैलिया होया, पिछले साल नालों बहुत ज़्यादा वड्डी गिणती विच इस महामारी का असर है सारे संसार ते। पर तुसी गुरु कीआं संगतां, गुरु के लाल माई भाई अपने शहीदां दे सत्कार विच अपने पिंडां तों, अपने घरां तों काफलियां दे रूप विच इस स्थान ते आ के शहीदां नूं अपनी श्रद्धा भावना सत्कार दा इजहार करदे होए हाजरियां भर रहे हो। पिछले साल जिथे कथा दी संपूर्णता होई सी उस तों अगले प्रसंग प्रारंभ हो रहे हन। ये धन गुरु अर्जन देव जी दे सिखां दे प्रसंग हन, जिवें जिवें गुरसिख सतगुरु जी दे चरणां विच आ के बेनतियां करदे रहे, उन्हां दे सवालां दे जवाब दे के उन्हां दे मन दीआं इशावां सतगुरु जी ने किवें पूर्ण कीतियां, ये बड़ी सुंदर रसदायक इतिहास की कथा है। आप संगतां मन बिरती नूं एकागर करके गुर इतिहास की कथा सरवण करो। सतनाम श्री वाहिगुरु साहिब जी, दोहरा जैता नंदा सिख दवै। धन गुरु अर्जन देव सच्चे पातशाह जी, सारी संगत गज के आखो धन सतगुरु श्री गुरु अर्जन देव साहिब सच्चे पातशाह महाराज जी।
उन्हां दे चरणां विच साडा रोम रोम करके शीश झुक जाए। शहीदां दे सरताज हन मेरे सतगुरु सच्चे पातशाह, उन्हां दे चरणां विच दो सिख आए आ, भाई जैता और नंदा है, संग पिरागा होए। तीजा भाई पिरागा जी है, भाई पिरागा जी ने छेवें पातशाह जी दे समय जंगा युद्धां दे विच भी महान जंग जूझद्या होया कुरबानियां दित्तियां। ये तीसरे भाई पिरागा जी हन। श्री अर्जन के चरण टेग, धन गुरु अर्जन देव साहब जी दे चरणां विच आ के हाजिर होए तिन्ने सिख। आए निवें त्रै सोए, तिन्हां ने आ के धन गुरु अर्जन देव जी दे चरणां विच नमस्कार कीती, मत्था टेकिया। चौपाई हाथ जोड़ कर अर्ज गुजारी, हाथ जोड़ के ना सिखां ने धन गुरु अर्जन देव जी दे चरणां विच बेनती कीती है। कीजै अस उपदेश उचारी, हे महाराज ऐसा उपदेश अपने पावन पवित्र मुखार बिन तो सानू बख्शिश करना करो। जिस ते अपर ना करतब रह, जिस उपदेश नाल सुन के तुहाडा बचन मन के और उस उपदेश नू कमा के होर कुछ करन वाला पिछे कुछ रह ना जाए, कोई ऐसी परमार्थ दी साधना ना रह जाए जिहड़ी होर भी करनी पवे, पाव उस उपदेश नाल ही साडी मुक्ति कल्याण हो जाना करे। तरह हृदय आशो पद लह, और हिरदे विच उस उपदेश नू धारण करके उत्तम पद भी मुक्ति दी ज्ञान दी असी प्राप्त कर सकीए। महाराज जी श्री मुख ते उपदेश बखाना, पवित्र मुखार बिन तो धन गुरु अर्जन देव जी ने ना सिखां दी बेनती सुन के उपदेश देण वास्ते सतगुरु जी ने बचन कीते। इंद्रै रोकह बन सवधाना, महाराज कहिंदे जिहड़ियां इंद्रियां बाहर दौड़ियां फिरदियां ना, अखां जबान कन्न मन ये जिन्नियां भी इंद्रियां, ज्ञान इंद्रे कर्म इंद्रे खास करके ज्ञान इंद्रे दौड़दे आ मगरी फिर कर्म इंद्रे उस कर्म नूं करन लग जांदे, सारे उस काम विच ही प्रवृत्त हो जांदे है। इस करके महाराज कहिंदे भाई अपनियां इंद्रियां नूं माड़े कर्म करन तों रोकना है, नेत्रां नूं भी हत्थां नूं भी पैरां नूं भी कन्नां नूं भी जबान नूं भी, तो सारियां इंद्रियां दा मुढ़ जो मन है जिहदे अंदर बुरे संकल्प अठे पैर फुरदे रहिंदे है, मन सारिआं दा जन्मदाता माड़े चंगे कर्मां दा, इन्हां सारिआं नूं सावधान हो के रोकणा, भाव इन्हां नूं माड़े पासे नहीं जाण देना, गलत पासे नहीं तुरन देना है, पूरी सावधानी तकड़ाई रखनी है, इन्हां दे उत्ते निगाह रखनी है, पहरेदारी करनी है। स्वास स्वास सिमरो अठ जाम, अठे पहर स्वास स्वास वाहिगुरु नाम दा सिमरन करना है, वाहिगुरु नाम दा सिमरन ना कदे भुले तुहाडे मन दे हिरदे दे विचों। सब ते उच वाहिगुरु नाम, सारे नामां विचों सब तो उच्चा वाहिगुरु मंत्र दा नाम है, वाहिगुरु गुरु मंत्र है, जप होमै खोई। सात संगत जी 13 साल की उम्र सी, संत बाबा जरनैल सिंह जी खालसा भिंडरां वालियां दी, संत बाबा गुरबचन सिंह जी खालसा रोडे पिंड हर साल फगण दे विच एक महीना उत्थे रह के कथा कीर्तन का प्रवाह चलाया करदे सारे जत्थे नूं नाल लै के। संतां ने एक दिन अमृत वेले गुरबाणी की कथा करद्या करद्या भाई गढ़िया जी का प्रसंग सुनाया कि भाई गढ़िया जी 21 जपजी साहब के पाठ रोजाना बिना नागा रोज़ करया करते सन, और ऐसा महान उन्हां दा जीवन सी करनी वाला, वो साखी बड़ी लम्मी है तो समा बहुत संखेप अपने पास। महापुरशां ने कथा सुनी, कथा सुन तो बाद अपने घर विच आए, क्योंकि संथिया तो उन्होंने पहला नितनेम दी बाबा जोगिंदर सिंह जी अपने पिता जी पासों कर ही ली सी, कुछ होर नितनेम दी संथिया संत बाबा कृपाल सिंह जी रोडियां वालियां पासों कीती हुई सी,
आ के कह लगे कहिंदे अज तो 21 जपजी साहब दे पाठ मैं रोजाना करिया करने। 13 साल दी उम्र दे विच फैसला ले लिया। 13 साल दी उम्र की हुंदी है? दुध चुंगण वाले बच्चियां जिन्नी उम्र हुंदी है, खेडण वाली हसण वाली कुदण वाली ये उम्र हुंदी है। पर 13 साल दी उम्र दे विच 21 जपजी साहब दे पाठ कहिंदे भाई गढ़िया जी 21 पाठ करदे सन, महाराज उन्हां ते बड़े प्रसन्न हुंदे सी, ते मैं भी अज तो पिता जी 21 पाठ जपजी साहब दे करिया करांगा। उसे दिन तो नियम कर लिया कि 21 पाठ श्री जपजी साहब जी दे करने शुरू कर दिते। एडी वड्डी कालना। 16 साल दी उम्र दे विच एक दिन आप जी ने फैसला किया कि मैं लगातार 40 दिन मूल मंत्र वाहिगुरु मंत्र दा जाप करना। अमृत वेले 2 बजे घरों उठ के इशनान करके रोडे नगर विच गुरद्वारा संत बाबा कृपाल सिंह साहब जी दा, बड़ी करनी वाले महापुरख होए, बड़े संतां तो वरवसाए सन, परोपकारी आत्मा सन, गुरद्वारा साहब दी छत दे उत्ते जा के बैठ जाना। 15 तो 16 घंटे लगातार मूल मंत्र वाहिगुरु मंत्र दा जाप करना। केवल एक टाइम घरे आ के प्रसादा छकना, फिर वापस मुड़ जाना। 15 तो 16 घंटे लगातार मूल मंत्र वाहिगुरु मंत्र दा महापुरख जाप करते रहे। 41 दिन लगातार ये जाप मूल मंत्र वाहिगुरु मंत्र दा उन्हां सतपुरशां ने आप किया। सो साध संगत जी, एडी वड्डी उन्हां दी करनी कमाई सी। अगे अगे जिवें कथा चलेगी अगले दिनों में संखेप रूप विच दास बेनतियां करता रहेगा, जिवें गुरु साहब और आप संगत समत बख्शिश करोगे। तो महाराज कहिंदे भी सारिया नामां विच्चों सब तो उत्तम वाहिगुरु मंत्र नाम है। वाहिगुरु मंत्र नालों होर कोई श्रोमणी नाम नहीं। इस करके सिखो तुसी अठे पहर नाम केड़ा जपना, वाहिगुरु नाम दा जाप करना। आपां भी कई बारी अज्ञानता बस जी सानू कोई नाम दे दिओ, नाम दे दिओ, भोलियो नाम तां धन गुरु नानक साहब सानू दे चुके है। मूल मंत्र वाहिगुरु मंत्र दी सानू बख्शिश गुरु साहब ने कीती। 10 सरूपां विच यही नाम सानू गुरसिखां नू प्राप्त हुंदा रहा। और 10वें पातशाह जी ने 5 प्यारिआं द्वारा भी आग्या कर दित्ती कि अमर छाके जदों 5 प्यारे मूल मंत्र वाहिगुरु मंत्र बख्श दिंदे आ गुरसिख नूं, नितनेम तो अलावा मूल मंत्र वाहिगुरु मंत्र दा जाप करन दा जरूरी हुक्म है, अभ्यास करन दा हुक्म है। इस करके महाराज गुरु अर्जन देव जी भी उही आग्या कर रहे हैं कि भाई स्वास स्वास वाहिगुरु नाम दा सिमरन करना है। जब टिकै नह ब्रित निहारो, जदों देखो कि बिरती साडी टिक नहीं रही, मन एकाग्र नहीं हो रहा, जाप तो कर रहे हैं, नितनेम तो कर रहे हैं, अभ्यास तो कर रहे हैं, पर मन नहीं टिकदा, मन विच एकाग्रता नहीं आउंदी है। आवह वहर ता शब्द उचारो, जदों देखो भी मन नहीं टिकदा ना, जदों श्वास अंदरों बाहर आए ना, महाराज कहिंदे फिर श्वास उत्ते मन केंद्र करना। मन नूं की केंद्र करना? उस श्वास विच वाहिगुरु शब्द जोड़ लेना। भी जदों अंदरों सांह उठे ना, ਉਹ ਸਵਾਸ ਵਿੱਚ ਵਾਹਿਗੁਰੂ ਸ਼ਬਦ ਨੂੰ ਜੋੜ ਲੈਣਾ ਅਤੇ ਧਿਆਨ ਵਾਹਿਗੁਰੂ ਸ਼ਬਦ ਦੇ ਉੱਤੇ ਦੇਣਾ। ਜਦੋਂ ਸਵਾਸ ਬਾਹਰ ਆਏ ਉਦੋਂ ਵੀ ਪੂਰਾ ਵਾਹਿਗੁਰੂ ਸ਼ਬਦ, ਜਦੋਂ ਵਾਪਸ ਅੰਦਰ ਜਾਏ ਉਦੋਂ ਵੀ ਵਾਹਿਗੁਰੂ ਸ਼ਬਦ। ਜਿਵੇਂ ਟਿੰਡਾਂ ਚੱਲਦੀਆਂ ਆਉਂਦੀਆਂ ਥੱਲੇ ਹੋ ਕੇ ਫਿਰ ਉੱਤੇ ਨੂੰ ਚੱਲੀਆਂ ਜਾਂਦੀਆਂ, ਉੱਤੋਂ ਆਉਂਦੀਆਂ ਖਾਲੀ ਥੱਲਿਓਂ ਜਲਦੀਆਂ ਭਰ ਕੇ ਫਿਰ ਉੱਤੇ ਨੂੰ ਤੁਰ ਪੈਂਦੀਆਂ, ਇਸ ਤਰ੍ਹਾਂ ਸਵਾਸਾਂ ਦੀ ਗਤੀ ਨੂੰ ਬਣਾ ਲੈਣਾ। ਭਾਵ ਇਹਨਾਂ ਵਿੱਚ ਵਾਹਿਗੁਰੂ ਨਾਮ ਮੇਲ ਕੇ ਸਵਾਸ ਉੱਤੇ ਧਿਆਨ ਦੇ ਕੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ। ਆ ਕਈ ਕਹਿ ਦਿੰਦੇ ਆ ਜੀ, ਜਦੋਂ ਅਖੇ
श्वास पहला आवे तो वाहे, जदों बाहर निकले तो गुरु। कई कहिंदे आ भी गुरु पहला कहो वाहे बाद विच कहो। आपो अपने इन्हां लोकां ने मत चलाए होए है, गुरमत दी ये प्रणाली नहीं है, गुरमत दी आग्या नहीं। एक श्वास विच पूरे वाहिगुरु मंत्र दा जाप करना, एक श्वास गुर शब्द नूं कटना नहीं, भी दो हिस्सों च नहीं बनाउणा, वाहे अड ते गुरु अड, ये नहीं करना। एक श्वास विच पूरा वाहिगुरु शब्द जदों तुसी अभ्यास करोगे, हौली हौली मन नूं जोड़ के इस पासे लाओगे। पहला बड़ा कठिन हुंदा है, श्वासां विच नाम नूं प्रोण लई पहला रसना नाल अभ्यास करना पैंदा, बोल के वाहिगुरु मंत्र दा जाप बोल के श्वासां दे विच प्रवेश करन लई पहला रसना नाल जपना पैंदा। रसना नाल वाहिगुरु 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 दी धुन लाउणी, वाहिगुरु शब्द दा जाप करना। जाप तो बाद फिर ये अवस्था सिमरन वाली आउंदी है, फिर उहदे ते सुरत दा ध्यान लाया तो फिर अगे तो अगे कृपा प्राप्त होंदी। फिर अगली मंजिल गुरु साहब अपने साधक नूं अभ्यासी नूं आपे दिखाई जांदे आ रस्ता, पर पहला मेहनत करनी पैंदी है। पानी धरती विच्चों कढ़न वास्ते ट्यूबवैल लाउणा पवेगा, नलका लाउणा पवेगा, बोकियां मारनियां पैंदियां, थल्लों मिट्टी कढ़ कढ़ के फिर रेता आउंदा, फिर ठंडा रेता, फिर पानी आउंदा, फिर साध संग जी उस तों बाद पाइप पा के विच फिर वो सारा पानी कढ़न दा तरदद करके फिर वो सारी साधना मुकम्मल होंदी है। इस तरह ये गुरु शब्द की भी कमाई का यही साधन है कि पहला रसना नाल जाप करदिया करदिया फिर श्वासां दी साधना शुरू करे। पहला करेगा कठिनाई आएगी, मन निर्मल होए शुद्ध होए अभ्यास करदा होए फिर तो कृपा जल्दी हो जाती है, नहीं तो पहला रसना नाल बोल के अभ्यास करना चाहिदा, रसना नूं परपक कर लेना चाहिदा, रसना दे उत्ते नाम वस जाए फिर श्वासों में सुखैन बस जाता। नाले गुरु साहब का हुक्म है रसना जपै, रसना गुण गोपाल निध गाहिण, रसना नाल गुरु दे गुणा नूं नाम नूं सिमरन नूं जाप नूं गायन करना, ये सुखैन साधन है। मकान ते चढ़न वास्ते पौड़ी दे एक एक डंडे दे उत्ते पैर रख के फिर ही जाया जाता, उत्ते सीधा नहीं चढ़िया जाता, सीधा मुमकिन नहीं हुंदा चढ़ना। इस तरह नाम अभ्यास के मार्ग के भी पहला जाप करे रसना नाल, जाप करद्या करद्या फिर श्वासों के उत्ते ध्यान नूं केंद्र करके एक एक श्वास विच फिर पूरा नाम का अभ्यास। वो तरीका धन गुरु अर्जन देव साहब जी इन्हां नूं क्यों दस रहे हैं, ये उच्ची साधना वाले गुरसिख है, कमाई वाले गुरसिख है, घालना करन वाले घाली गुरसिख है। इन्हों का मार्ग तय हो चुका, जिहड़ा पहला वाला सी पहली पौड़ी पहली क्लास इन्हों की हो चुकी है, अगली स्टेज महाराज इन्हों दस रहे हैं। बाकी गुरु साहब की मौज है, सच्चे पातशाह तो जिन्हों मर्जी चाहन जिहदे उत्ते मर्जी कृपा कर देन, जिन्हें एक दिन भी नहीं जपया उन्हों भी महाराज एक पल विच ब्रह्म ज्ञान भी दे सकते हैं सच्चे पातशाह, ये तो गुरु साहब की कृपा दे उत्ते मुनसर करदा। सो इस करके महाराज कहिंदे भई जदों श्वास बाहर आवे उदों भी वाहिगुरु शब्द, जदों अंदर भी जावे उदों भी वाहिगुरु शब्द का सिमरन करना, ये सिमरन है। जाप रसना नाल हुंदा बोल के, सिमरन हुंदा ध्यान नाल सुरत नाल कीता जांदा है। इस करके इन्ना अंतर है सिमरन विच ते जाप दे विच। राखो परचा सतगुर बाणी, तीजा महाराज कहिंदे अपना परचा गुरबाणी नाल बना के रखना। जेड़ा अभ्यासी जेड़ा जापक गुरबाणी पढ़नी छड़ दिंदा ना, आ मैं कई देखे आ बहुत योजा अज प्रचार कर रहे हैं, आखिर जी बाणी पढ़ने की तुहानू लोड़ ही नहीं, नितनेम करन दी लोड़ ही नहीं, तुसी वाहिगुरु शब्द का जाप करो बस, यही सब कुछ है। और वाहिगुरु शब्द का जाप भी बड़े ढंगा नाल कराउन लग पे है, कई तो
योग मत दे साधन जिमें सुने आप जिमें योगी लोग ओहंग सोहंग दे जाप करते इस तरह भी कई ने रस्ते चला ले है आपो अपनी मनमत दे रस्ते तोरे होए हुए हैं बस सिर्फ मन में इको ही हम है कि साडा भी दुनिया में एक मजब चल पवे ये नहीं भी है असी गुरु के पंथ का हिस्सा बन के रहीए गुरु संगत दे विच मिल के रहीए गुरु संगत का पंथ का अपने आप नूं एक अंग मन के चलीए ये निम्रता वाली भावना नहीं सिर्फ अपने आप नूं अलग रखण दा एक तरीके बनाए हुए आ उन्हां लोकां ने साध संगत जी किड़ियां किड़ियां हस्तियां हुईयां संसार विच धन संत बाबा अतर सिंह जी मस्तुआने वाले संत बाबा गुरमुख सिंह जी कार सेवा वाले और इस तो अलावा किड़िया संत बाबा भीर सिंह जी नरंगाबाद बाबा महाराज सिंह जी बाबा खुदा सिंह जी वर्गिया आत्मावां किसी ने अपना पंथ वखरा नहीं चलाया और करनिया उन्हां दी इन्नियां महान सन इन्नी करनी दे ओ मालक सन ओ चाहुंदे तां करोड़ां दुनिया नूं अपने मगर ला के जिवें मर्जी अपने शरीरां दी पूजा करवा दिंदे आ जिहड़ियां दुनिया दियां रिद्धियां सिद्धियां शक्तियां उन्हां दे सामने हाथ जोड़ के तरले करदियां फिरदियां सन पर उन्हां ने निम्रता रख के गुरु नानक साहिब जी दे गुरु कलगीधर पातशाह जी दे सिख होण विच ही माण महसूस किया इस करके भाई आपो अपने पंथ नहीं चलाउणे जो महाराज दा हुक्म है उहनूं मनणा नितनेम भी नहीं छड्डणा ते गुरबाणी दा परचा भी बना के रखना जिवें आपां कहिंदे वी तेरा परचा की है कोई कहिंदा मैं नौकरी करदा इह मेरा परचा परचा नाम हुंदा परचण दा भी मैं परचिया होया लगा होया इस काम विच परचे दा मतलब इह हुंदा परचना कादे विच है परचा की बना के रखना रोजाना दा मतलब करना की है नाम अभ्यास दे नाल नाल गुरबाणी दी भी नाल कमाई करनी संत बाबा जरनैल सिंह जी खालसा जदों तो उन्होंने मूल मंत्र वाहिगुरु मंत्र दा जाप 41 दिन किया उस दिन तो बाद एक नियम होर भी बनाया सी उन्होंने पता की बनाया सी हर संगरांद नूं श्री गुरु ग्रंथ साहिब जी का सहज पाठ प्रारंभ कर लेंदे सन 25 पत्रे पक्के रोजाना श्री गुरु ग्रंथ साहिब जी का सहज पाठ बोल के करदे ते हर संगरांद नूं भोग पा दिया करदे सन मुखी बन तो बाद भी आ घल्लूघारा वापरन तो पहला 2-3 महीने पहला भाई प्रेम सिंह जी उस्ताद घुमाणा नगर दे सन जिला लुधियाने विच घुमाण नगर है उन्होंने संत बाबा करतार सिंह जी खालसा जी दे समय जथे विच आए और बहुत सिंघां नूं उन्होंने गुरबाणी की शुद्ध संथ्या कराई विद्यालय उत्ते आसन सी पुराने सिंह जाणदे है भाई हीरा सिंह जी मनिहाला बैठे है सारे सिंह जाणदे है सो संतां दे दर्शन करन गए महापुरख बाबा ठाकुर सिंह जी भी नाल सन वह भी विच विचाले बाबा जी भी 10-15 दिनों बाद महापुरशां नूं मिलन वास्ते श्री अमृतसर साहब जांदे ही होया करदे सन महापुरखां ने भाई प्रेम सिंह नूं अपने पास बुलाया कहिंदे प्रेम सिंह कि तेरी ड्यूटी लाउणी आ कर लवेंगा भाई प्रेम सिंह कहिंदे महापुरखो दसो कहिंदे बई रुझेवां बहुत है हुण तक तां महाराज दी कृपा नाल सारे नितनेम तो अलावा सहज पाठ भी रोजाना निभी जांदा पर अज तो बाद तेरे सिर मत्थे और भाई प्रेम सिंह जी इस सेवा नूं अपने शरीर तक निभाउंदे रहे महापुरखां दा बचन सो भाई गुरबाणी दा परचा एडे वड्डे अभ्यासी 101 जपजी साहिब दा पाठ मूल मंत्र वाहिगुरु मंत्र 5 बाणियां 5 ग्रंथी
पर महाराज जी गुरबाणी का परचा नाल गुरबाणी का पाठ करना नहीं छड़िया, गुरबाणी का अभ्यास और रोजाना नाल नाल करिया करते स। इस करके भाई सिमरन अभ्यासी बन के गुरबाणी का अभ्यास नाल जरूर रखना, यह सतगुरु जी का हुक्म है। तिस ही ते हो वो ब्रह्म ज्ञानी, महाराज कहिंदे स्वासा विच नाम नूं बसाउणा, वाहिगुरु शब्द नूं, गुरबाणी रोज पढ़िया करनी है। परचा की है? गुरु की बाणी का पाठ निता नेम करना। और जदों तुसी ये सारी कमाई करोगे इसे नाल ही तुहानू ब्रह्म ज्ञान की दात प्राप्त हो जाएगी। आखो भाई वाहिगुरु। ये गुरु ये बचन किहदे है? ये बचन धन गुरु अर्जन देव सच्चे पातशाह जी महाराज कहिंदे ਇਹ ਘਾਲਣਾ ਘਾਲਣ ਨਾਲ ਹੀ ਤੁਹਾਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਏਗਾ। ਸ਼੍ਰੀ ਸਤਿਗੁਰ ਤੇ ਸੋਨੇ ਉਪਦੇਸ਼, ਸਤਿਗੁਰੂ ਜੀ ਤੋਂ ਐਸਾ ਪਰਮ ਪਵਿੱਤਰ ਕਲਿਆਣਕਾਰੀ ਉਪਦੇਸ਼ ਸੁਣ ਕੇ ਲੱਗੇ ਕਰਨ ਤੇ ਰੀਤ ਹਮੇਸ਼ਾ ਹਮੇਸ਼ਾ ਉਵੇਂ ਹੀ ਕਰਨ ਲੱਗ ਪਏ ਜੋ ਸਤਿਗੁਰੂ ਜੀ ਨੇ ਬਚਨ ਕੀਤਾ, ਆਗਿਆ ਕੀਤੀ, ਉਸੇ ਨੂੰ ਮੰਨਿਆ। ਵਿਪਰਨ ਦੇਖ ਕਹਿਓ ਕਿਆ ਕੀਨਾ, ਇੱਕ ਦਿਨ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਸਿੱਖਾਂ ਨੂੰ ਬਾਣੀ ਪੜ੍ਹਦਿਆਂ ਨੂੰ ਵੇਖ ਕੇ ਬ੍ਰਾਹਮਣਾਂ ਨੇ ਤਰਕ ਕੀਤੀ, ਤਰਕ ਮਾਰੀ, ਸਵਾਲ ਕੀਤਾ, ਪ੍ਰਸ਼ਨ ਕੀਤਾ ਇਹਨਾਂ ਉੱਤੇ ਕਿ ਤੁਸੀਂ ਇਹ ਕੀ ਕਰਦੇ ਹੋ? ਕਰਮ ਕਾਂਡ ਸਗਰੋ ਤਜ ਦੀਨਾ, ਤੁਸੀਂ ਤਾਂ ਸਾਰੇ ਕਰਮ ਕਾਂਡ ਹੀ ਕਰਨੇ ਛੱਡ ਦਿੱਤੇ, ਜੰਮਣ ਮਰਨ ਹੋਰ ਜਿੰਨੇ ਵੀ ਸਾਰੇ ਕਰਮ ਕਾਂਡ ਹੈ ਇਹ ਸਾਰੇ ਹੀ ਛੱਡ ਦਿੱਤੇ, ਤੁਸੀਂ ਤਾਂ ਬਾਣੀ ਪੜ੍ਹਨ ਲੱਗ ਪਏ, ਸਿਮਰਨ ਕਰਨ ਲੱਗ ਪਏ, ਬ੍ਰਾਹਮਣਾਂ ਨੇ ਤਰਕਾਂ ਕੀਤੀਆਂ, ਇਹ ਤੁਸੀਂ ਕੀ ਕੀਤਾ ਹੈ? ਨਿਤ ਨਿਮਿਤ ਕਰਮ ਸਭ ਤਿਆਗੇ, ਨਿਤ ਹਮੇਸ਼ਾ ਕਰਨ ਵਾਲੇ, ਨਿਮਿਤ ਕਿਸੇ ਖਾਸ ਸਮੇਂ ਤੇ ਖਾਸ ਪ੍ਰਯੋਜਨ ਨੂੰ ਮੌਕੇ ਜੋ ਮੁੱਖ ਰੱਖ ਕੇ ਕੀਤਾ ਜਾਂਦਾ, ਜਿਵੇਂ ਉਹ ਨਿਮਿਤ ਕਰਮ ਹੁੰਦਾ ਵੀ ਇਸ ਨਿਮਿਤ ਆਹ ਕਰਮ ਮੈਂ ਕਰਨਿਆ ਹਾਂ, ਨਿਤ ਰੋਜ਼ ਦਾ ਹਮੇਸ਼ਾ ਕਰਨ ਵਾਲਾ, ਜਿਵੇਂ ਨਿਤਾ ਪ੍ਰਤੀ ਗੁਰਸਿੱਖ ਨਿਤਨੇਮ ਕਰਦੇ ਹੈ, ਖਾਸ ਸਮੇਂ 'ਤੇ ਕੋਈ ਸਹਿਜ ਪਾਠ ਕਰਨਾ ਕਰਾਉਣਾ, ਅਖੰਡ ਪਾਠ ਕਰਨਾ ਕਰਾਉਣਾ, ਸੇਵਾ ਸੰਗਤ ਦੀ ਕਰਨੀ ਯਥਾ ਸ਼ਕਤ। ਇਸ ਕਰਕੇ ਕਹਿੰਦੇ ਸਾਰੇ ਕੁਝ ਕਰਨੇ ਤੁਸੀਂ ਬ੍ਰਾਹਮਣਾਂ ਅਨੁਸਾਰ ਜਿਹੜੇ ਕਰਮ ਕਰਦੇ ਸੀ ਨਿਤ ਨਿਮਿਤ ਉਹ ਸਾਰੇ ਤਿਆਗ ਦਿੱਤੇ, ਛੱਡ ਦਿੱਤੇ ਹੈ। ਭ੍ਰਿਸ਼ਟ ਭਏ ਤੁਮ ਕਿਸ ਮਗ ਲਾਗੇ, ਤੁਸੀਂ ਭ੍ਰਿਸ਼ਟੇ ਗਏ, ਤੁਸੀਂ ਕਿਹੜੇ ਰਸਤੇ 'ਤੇ ਚੱਲ ਪਏ ਹੋ? ਗਨ ਪੰਡਿਤ ਮੈਂ ਤਿੰਨੋਂ ਬਖਾਨਾ, ਸਾਰਿਆਂ ਪੰਡਿਤਾਂ ਦੇ ਵਿੱਚ ਇਹਨਾਂ ਤਿੰਨਾਂ ਸਿੱਖਾਂ ਨੇ ਸਾਰਿਆਂ ਨੂੰ ਉਸ ਵਕਤ ਉੱਤਰ ਦਿੱਤਾ। ਮਿਲਿਓ ਹਮੈ ਸਤਿਗੁਰੂ ਮਹਾਨਾ, ਕਹਿਣ ਲੱਗੇ ਹੁਣ ਨਿਤ ਨਿਮਿਤ ਕਰਮ ਕਰਨ ਦੀ ਲੋੜ ਨਹੀਂ, ਪੂਰਾ ਸਤਿਗੁਰੂ ਕਲਯੁੱਗ ਦੇ ਵਿੱਚ ਮਹਾਨ ਸਤਿਗੁਰੂ ਮਿਲ ਗਏ ਆ ਸਾਨੂੰ। ਤਬ ਤੇ ਮ੍ਰਿਤਕ ਪਿਤਾ ਅਗਿਆਨ, ਉਦੋਂ ਦਾ ਜਿਹੜਾ ਅਗਿਆਨ ਰੂਪ ਪਿਤਾ ਨਾ ਇਹ ਸਾਡਾ ਮਰ ਗਿਆ ਮੁੱਕ ਗਿਆ ਹੈ, ਭਾਵ ਅਗਿਆਨ ਮਰ ਗਿਆ ਹੈ ਸਾਡਾ। ਜਨਮਿਓ ਘਰ ਸਪੂਤ ਬ੍ਰਹਮ ਗਿਆਨ, ਸਾਡੇ ਘਰ ਵਿੱਚ ਸ੍ਰੇਸ਼ਠ ਤੋਂ ਸ੍ਰੇਸ਼ਠ ਪੁੱਤਰ ਕਿਹੜਾ ਬ੍ਰਹਮ ਗਿਆਨ ਉਹ ਸਾਡੇ ਅੰਦਰ ਪੈਦਾ ਕਰ ਦਿੱਤਾ ਸਤਿਗੁਰਾਂ ਨੇ ਹਿਰਦੇ ਰੂਪ ਘਰ ਵਿੱਚ। ਮਰਨ ਜਨਮ ਕੇ ਸੂਤਕ ਭਇਓ, ਜਿਵੇਂ ਜੰਮਣ ਮਰਨ ਤੋਂ ਬਾਅਦ ਸੂਤਕ ਅਤੇ ਪਾਤਕ, ਸਾਧ ਸੰਗਤ ਦੀ ਇੱਕ ਕਿਰਿਆ ਹੈ ਹਿੰਦੂ ਧਰਮ ਦੇ ਗ੍ਰੰਥਾਂ ਅਨੁਸਾਰ ਉਹਨਾਂ ਦੇ ਧਰਮ ਵਿੱਚ, ਕਿ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਪਾਤਕ ਮੰਨਦੇ ਹੈ, ਜਦੋਂ ਜੰਮ ਪੈਂਦਾ ਫਿਰ ਸੂਤਕ ਮੰਨਦੇ ਹੈ। ਇਹਦੀ ਅੱਗੇ ਬੜੀ ਵਿਆਖਿਆ ਹੈ। ਮਰਨ ਸਮੇਂ ਬ੍ਰਾਹਮਣਾਂ ਦੇ ਘਰ ਵਿੱਚ 11 ਦਿਨ ਦਾ ਔਰ ਛਤਰੀਆਂ ਦੇ ਘਰ ਵਿੱਚ 13 ਦਿਨ ਦਾ, ਇਸੇ ਤਰ੍ਹਾਂ ਵੈਸਾਂ ਦੇ ਘਰ ਵਿੱਚ 17 ਦਿਨ ਦਾ, ਸੂਦਰਾਂ ਦੇ ਘਰ ਵਿੱਚ 30 ਦਿਨ ਦਾ ਇਹ ਸੂਤਕ ਮੰਨਿਆ ਜਾਂਦਾ ਵੀ ਜਦੋਂ ਕਿਸੇ ਦੇ ਘਰ ਵਿੱਚ ਬੱਚਾ ਜਨਮ ਲੈ ਲੈਂਦਾ ਉਨੇ ਦਿਨ, ਮਤਲਬ ਇਹ ਹੁੰਦਾ ਵੀ ਇੰਨੇ ਦਿਨ ਕੋਈ ਸ਼ੁਭ ਕਰਮ ਨਹੀਂ ਘਰ ਵਿੱਚ ਕਰਨਾ, ਜੇ ਕਰੋਗੇ ਉਹ ਫਲੀਭੂਤ ਨਹੀਂ ਹੋਏਗਾ। ਪਾਤਕ ਕਰਮ ਦੀ ਵੀ ਇਸੇ ਤਰ੍ਹਾਂ ਗਿਣਤੀ ਮਿਣਤੀ ਹੈ ਵੀ ਜਦੋਂ ਕਿਸੇ ਘਰ ਵਿੱਚ ਕੋਈ ਮੌਤ ਹੋ ਗਈ ਤਾਂ ਬ੍ਰਾਹਮਣਾਂ ਦੇ ਵਿੱਚ 10 ਦਿਨ, ਖੱਤਰੀਆਂ ਵਿੱਚ 15 ਦਿਨ, ਵੈਸਾਂ ਖੱਤਰੀਆਂ ਵਿੱਚ 12 ਦਿਨ, ਵੈਸਾਂ ਦੇ ਵਿੱਚ 15 ਦਿਨ, ਸ਼ੂਦਰਾਂ ਦੇ ਵਿੱਚ 30 ਦਿਨ, ਇਹ ਸੂਤਕ ਪਾਤਕ ਕਰਮ ਉਹਨਾਂ ਦੇ ਮਤ ਵਿੱਚ ਮੰਨਿਆ ਜਾਂਦਾ ਹੈ। ਇਹਦੀ ਵਿਆਖਿਆ ਬਹੁਤੀ ਨਹੀਂ ਕਰਨ ਦੀ ਲੋੜ। ਤੋ ਮਹਾਰਾਜ ਕਹਿੰਦੇ ਇਹ ਕਹਿੰਦੇ
ਵੀ ਸਾਡੇ ਜਿਹੜਾ ਜੰਮਣ ਮਰਨ ਦਾ ਸੂਤਕ ਪਾਤਕ ਦਾ ਭਰਮ ਹੈ ਤਬ ਤੇ ਕਰਮ ਕਾਂਡ ਮਿਟ ਗਯੋ ਜਦੋਂ ਤੋਂ ਗੁਰੂ ਸਾਹਿਬ ਮਿਲੇ ਹੈ ਬ੍ਰਹਮ ਗਿਆਨ ਮਿਲ ਗਿਆ ਉਦੋਂ ਤੋਂ ਇਹ ਸਾਰੇ ਕਰਮ ਕਾਂਡ ਜਿਹੜੇ ਹੈ ਨਾ ਚੰਗਾ ਮਾੜਾ ਮੰਨਣਾ ਕਰਨਾ ਨਾ ਕਰਨਾ ਇਹ ਸਾਰਾ ਮਿਟ ਗਿਆ ਮੁੱਕ ਗਿਆ ਸਿਆਪਾ ਲੈ ਗਿਆ ਗਲੋਂ ਨਹੀਂ ਕਰਮ ਲੇਖੇ ਸੋ ਲਗੰਤੇ ਜੇ ਤੁਸੀਂ ਕਹਿੰਦੇ ਹੋ ਸੂਤਕ ਪਾਤਕ ਦੇ ਵਿੱਚ ਕੋਈ ਸ਼ੁਭ ਕਰਮ ਜਿਹੜਾ ਕੀਤਿਆਂ ਲੇਖੇ ਨਹੀਂ ਲੱਗਦਾ ਸਫਲਾ ਨਹੀਂ ਹੁੰਦਾ ਹੈ ਪੂਰਾ ਨਹੀਂ ਹੁੰਦਾ ਜਿਨ ਕੇ ਸੂਤਕ ਹੋਏ ਪਨੰਤੇ ਜਿਨ੍ਹਾਂ ਦੇ ਘਰ ਵਿੱਚ ਸੂਤਕ ਹੁੰਦਾ ਹੈ ਉਹਨਾਂ ਦੇ ਘਰ ਵਿੱਚ ਜੋ ਚੰਗਾ ਕਰਮ ਕਰੀਏ ਉਨੇ ਦਿਨ ਉਹ ਪੂਰਾ ਨਹੀਂ ਸਫਲਾ ਨਹੀਂ ਮੰਨਿਆ ਜਾਂਦਾ ਵੀ ਉਹਦਾ ਪੂਰਾ ਫਲ ਨਹੀਂ ਮਿਲਦਾ ਉਹ ਪਾਪ ਮੰਨਦੇ ਹੈ ਜੇ ਕੋਈ ਸ਼ੁਭ ਕਰਮ ਕੀਤਾ ਜਾਂਦਾ ਹੈ ਉਨੇ ਦਿਨ ਤੁਮ ਹੀ ਹਮ ਸੁਣ ਇਸ ਤੁਮ ਹੀ ਤੇ ਹਮ ਸੁਣ ਇਸ ਭਾਂਤ ਕਹਿੰਦੇ ਤੁਹਾਡੇ ਕੋਲੋਂ ਹੀ ਅਸੀਂ ਸੁਣਿਆ ਹੈ ਵੀ ਇਹ ਕਰਮ ਇੰਨੇ ਇੰਨੇ ਦਿਨ ਨਹੀਂ ਕਰਨੇ ਹਨ ਤਿਆਗੇ ਕਰਮ ਜਾਨ ਬਖਿਆਤ ਇਸ ਕਰਕੇ ਬਖਿਆਤ ਤੁਸੀਂ ਹੀ ਬਖਿਆਨ ਕਹਿ ਕੇ ਸਾਨੂੰ ਦੱਸਿਆ ਸੀ ਵੀ ਇਹ ਕਰਮ ਜਦੋਂ ਘਰ ਵਿੱਚ ਇਸ ਤਰ੍ਹਾਂ ਹੋਵੇ ਤਾਂ ਉਨੇ ਦਿਨ ਦਾਨ ਪੁੰਨ ਚੰਗਾ ਕਰਮ ਨਹੀਂ ਘਰ ਵਿੱਚ ਕਰਨਾ ਉਨਾ ਚਿਰ ਘਰ ਦੀ ਸ਼ੁੱਧੀ ਨਹੀਂ ਹੁੰਦੀ ਪਵਿੱਤਰਤਾ ਨਹੀਂ ਹੁੰਦੀ ਹੈ ਕਹੋ ਜੇ ਸੂਤਕ ਥੋੜੋ ਰਹਿ ਕਹਿੰਦੇ ਸੂਤਕ ਥੋੜੇ ਦਿਨ ਰਹਿੰਦਾ ਹੈ ਜੇਕਰ ਤੁਸੀਂ ਦੱਸਦੇ ਹੋ ਗੁਰ ਕੀ ਆਗਿਆ ਇਸ ਬਿਧ ਅਹ ਪਰ ਗੁਰੂ ਸਾਹਿਬ ਦੀ ਆਗਿਆ ਇਸ ਤਰ੍ਹਾਂ ਹੈ ਸੂਤਕ ਥੋੜੇ ਦਿਨ ਦਾ ਪਾਤਕ ਬਹੁਤੇ ਦਿਨਾਂ ਦਾ ਹੁੰਦਾ ਹੈ ਪਰ ਇਹ ਕਹਿੰਦੇ ਵੀ ਗੁਰੂ ਸਾਹਿਬ ਦੀ ਆਗਿਆ ਤਾਂ ਇਸ ਤਰ੍ਹਾਂ ਹੈ ਸਾਨੂੰ ਨਾਭੀ ਤੇ ਜਬ ਉਪਜੈ ਸਵਾਸ ਜਦੋਂ ਨਾਭੀ ਚੋਂ ਹਿਰਦੇ ਚੋਂ ਸਵਾਸ ਉੱਤੇ ਨੂੰ ਆਉਂਦਾ ਹੈ ਤਬ ਤੋਂ ਜਨਮ ਸੋ ਹੋਤ ਪ੍ਰਕਾਸ਼ ਉਦੋਂ ਨਾਮ ਜਪਦੇ ਹਾਂ ਤਾਂ ਘਰ ਦੇ ਵਿੱਚ ਬ੍ਰਹਮ ਗਿਆਨ ਰੂਪ ਪੁੱਤਰ ਦਾ ਜਨਮ ਹੁੰਦਾ ਭਾਵ ਉਦੋਂ ਇਹ ਸਵਾਸ ਜਨਮ ਲੈਂਦਾ ਇਹਦਾ ਪ੍ਰਕਾਸ਼ ਹੁੰਦਾ ਹੈ ਹਿਰਦੇ ਦੇ ਵਿੱਚ ਨਾਭੀ ਦੇ ਅੰਦਰ ਵਹਿਰ ਨਾਸਕਾ ਤੇ ਨਿਕਸਾਏ ਔਰ ਨਾਸਾਂ ਦੁਆਰਾ ਨਿਕਲ ਜਾਂਦਾ ਹੈ ਜਿਹੜਾ ਸਵਾਸ ਹੈ ਤਬ ਤਿੰਨ ਕੋ ਮਰਨੋ ਹੋਏ ਜਾਏ ਫਿਰ ਇਹ ਸਵਾਸ ਦਾ ਮਰਨਾ ਹੋ ਜਾਂਦਾ ਸਵਾਸ ਦੀ ਮੌਤ ਹੋ ਜਾਂਦੀ ਹੈ ਔਰ ਇੱਕ ਪਲ ਨਹੀਂ ਲੱਗਦਾ ਕਹਿੰਦੇ ਨਾਭੀ ਵਿੱਚੋਂ ਜਦੋਂ ਸਵਾਸ ਸ਼ੁਰੂ ਹੋਇਆ ਉਦੋਂ ਸਵਾਸ ਦਾ ਜਨਮ ਹੋ ਗਿਆ ਜਦੋਂ ਨਾਸਕਾ ਦੁਆਰਾ ਬਾਹਰ ਆ ਗਿਆ ਉਦੋਂ ਇਹ ਸਵਾਸ ਦੀ ਮੌਤ ਹੈ ਇਹ ਸੂਤਕ ਪਾਤਕ ਤਾਂ ਅੰਦਰ ਹੀ ਚੱਲਦਾ ਰਹਿੰਦਾ ਹੈ ਸੂਤਕ ਬਿਨਾਂ ਕਰਮ ਕੋ ਸਮੈਂ ਇਹ ਦੱਸੋ ਵੀ ਸੂਤਕ ਤੋਂ ਬਿਨਾਂ ਪਾਤਕ ਤੋਂ ਬਿਨਾਂ ਕੋਈ ਸਮਾਂ ਹੈ ਜਿਹੜਾ ਪਿੱਛੇ ਬਚਦਾ ਵੀ ਜਿਹਦੇ ਵਿੱਚ ਬੰਦਾ ਕੋਈ ਸ਼ੁਭ ਕਰਮ ਕਰ ਲਵੇ ਇੱਕ ਇੱਕ ਸਵਾਸ ਜਨਮ ਲੈਂਦਾ ਇੱਕ ਇੱਕ ਸਵਾਸ ਮਰਦਾ ਤੇ ਪਿੱਛੇ ਤਾਂ ਇੱਕ ਸਕਿੰਟ ਦਾ ਸਮਾਂ ਵੀ ਨਹੀਂ ਬਚਦਾ ਹੈ ਰਹੇ ਵਿਚਾਰ ਨਾ ਪ੍ਰਾਪਤ ਹਮ ਇਸ ਕਰਕੇ ਅਸੀਂ ਬੜੀ ਵਿਚਾਰ ਕੀਤੀ ਪਰ ਅਸੀਂ ਅਖੀਰ ਇਹੀ ਸਿੱਟਾ ਕੱਢਿਆ ਕਿ ਪਿੱਛੇ ਤਾਂ ਇੱਕ ਪਲ ਕੀ ਇੱਕ ਛਿਨ ਦਾ ਸਮਾਂ ਵੀ ਨਹੀਂ ਰਹਿੰਦਾ ਕੋਈ ਸ਼ੁਭ ਕਰਮ ਕਰਨ ਵਾਲਾ ਫਿਰ ਤਾਂ ਇਸੇ ਚੱਕਰ ਵਿੱਚ ਹੀ ਸਾਰੀ ਜ਼ਿੰਦਗੀ ਬਸਰ ਹੋ ਜਾਏਗੀ ਨਿਕਲ ਜਾਏਗੀ ਸਵਾਸ ਸਵਾਸ ਮੈਂ ਨਾਮ ਆਧਾਰਾ ਇਸ ਕਰਕੇ ਅਸੀਂ ਸੂਤਕ ਪਾਤਕ ਦਾ ਪਾਪ ਮੇਟਣ ਲਈ ਨਾ ਸਵਾਸ ਸਵਾਸ ਦੇ ਵਿੱਚ ਨਾਮ ਦਾ ਹੀ ਆਸਰਾ ਆਪਣਾ ਬਣਾ ਲਿਆ ਸਵਾਸਾਂ ਨੂੰ ਰਾਖਤ ਹੈ ਸਤਿਗੁਰੂ ਉਚਾਰਾ ਅਸੀਂ ਆਪਣੇ ਸਵਾਸਾਂ ਵਿੱਚ ਨਾਮ ਨੂੰ ਵਸਾ ਕੇ ਰੱਖ ਲਿਆ ਜੋ ਸਤਿਗੁਰੂ ਜੀ ਨੇ ਸਾਨੂੰ ਨਾਮ ਦਿੱਤਾ ਹੈ ਇਸ ਨਾਮ ਨੂੰ ਜੋ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਦ੍ਰਿੜ ਕਰਵਾਇਆ ਹੈ ਸੁਨਤ ਬਿਪਰ ਤੂਸਨ ਹੋਏ ਰਹੇ ਇਸ ਕਰਕੇ ਨਾਮ ਕਰਕੇ ਨਾ ਪਰਮੇਸ਼ਰ ਦੇ ਨਾਮ ਕਰਕੇ ਸਾਡਾ ਸੂਤਕ ਦਾ ਪਾਪ ਵੀ ਮਿਟ ਗਿਆ ਅਤੇ ਪਾਤਕ ਦਾ ਪਾਪ ਵੀ ਮਿਟ ਗਿਆ ਸਾਨੂੰ ਸੂਤਕ ਪਾਤਕ ਦੀ ਲੋੜ ਹੀ ਨਹੀਂ ਨਿਤ ਨਿਮਿਤ ਕਰਮਾਂ ਦੇ ਜੰਜਾਲ ਵਿੱਚ ਅਸੀਂ ਫਸਣਾ ਹੀ ਨਹੀਂ ਚਾਹੁੰਦੇ ਮਹਾਰਾਜ ਜੀ ਨੇ ਇਸ ਕਰਮ ਕਾਂਡ ਦੇ ਚੱਕਰ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਹੈ ਸਾਨੂੰ ਕਰਮਾਂ ਦੀ ਕੈਦ ਵਿੱਚੋਂ ਕਰਮਾਂ ਦੀਆਂ ਬੇੜੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਆਪ ਹੀ ਛਡਾ ਲਿਆ ਇਸ ਕਰਕੇ ਅਸੀਂ ਸੂਤਕ ਪਾਤਕ ਦੇ ਵਹਿਮਾਂ ਭਰਮਾਂ ਦੇ ਵਿੱਚ ਪੈਂਦੇ ਹੀ ਨਹੀਂ ਹਾਂ ਰਹੇ ਵਿਚਾਰ ਨਾ ਉਤਰ ਲਹੇ ਉਸ ਵਕਤ ਬ੍ਰਾਹਮਣਾਂ ਨੂੰ ਕੋਈ ਜਵਾਬ ਨਹੀਂ ਆਇਆ ਇਹਨਾਂ ਬਚਨਾਂ ਦਾ ਚੁੱਪ ਕਰ ਗਏ ਔਰ ਉਸ ਵਕਤ ਸੋਚਦੇ ਹੈ ਕਿ ਅਸੀਂ ਤਾਂ ਕੁਝ ਹੋਰ ਸੋਚਿਆ ਸੀ ਪਰ ਇਹਨਾਂ ਨੇ ਅੱਗੋਂ ਉੱਤਰ ਹੀ ਬੜੇ ਹੋਰ ਬਾਦਲੀਲ ਦੇ ਦਿੱਤੇ ਜਿਹਦਾ ਕੋਈ ਜਵਾਬ ਹੀ ਨਹੀਂ ਹੈ ਇਸ ਕਰਕੇ
ਅਸੀਂ ਤਾਂ ਗੁਰਸਿੱਖ ਕਹਿੰਦੇ ਭਾਈ ਸਾਡਾ ਤਾਂ ਨਾਮ ਹਮਾਰਾ ਭੋਜਨ ਜਿੱਤ ਖਾਇਆ ਹਮਕੋ ਤ੍ਰਿਪਤ ਪਾਈ ਨਾਮ ਹਮਾਰਾ ਪਹਿਨਣ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਇਸ ਕਰਕੇ ਨਾਮ ਨਾਲ ਹੀ ਸਾਨੂੰ ਸਾਰੀ ਤ੍ਰਿਪਤੀ ਹੈ ਜਿਹੜਾ ਭਾਈ ਇਸ ਮੰਡਲ 'ਤੇ ਪਹੁੰਚ ਗਿਆ ਨਾ ਉਹ ਹਰ ਤਰ੍ਹਾਂ ਦੇ ਕਰਮ ਕਾਂਡ ਦੀ ਕੈਦ ਤੋਂ ਰਹਿਤ ਹੋ ਜਾਂਦਾ ਹੈ ਇਸ ਕਰਕੇ ਐਸੀਆਂ ਮਹਾਨ ਬਖਸ਼ਿਸ਼ਾਂ ਸਾਡੇ ਉੱਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀਆਂ ਹਨ ਆਓ ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ ਸਾਧ ਸੰਗਤ ਜੀ ਆਪਾਂ ਰੋਜ਼ਾਨਾ ਵਕਤ ਸਿਰ ਆਇਆ ਕਰੋ ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਪੂਰੇ 4:30 ਲੱਗ ਜਾਂਦੇ ਤੁਹਾਡੇ ਕਰਕੇ ਐਤਕੀ ਅੱਧਾ ਘੰਟਾ ਲੇਟ ਰੱਖਿਆ ਹੁਣ ਇਸ ਤੋਂ ਹੋਰ ਨਾ ਟਾਈਮ ਅੱਗੇ ਵਧਾਉਣ ਦੀ ਖੇਚਲਾ ਦਿਓ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ 4:30 ਤੋਂ ਪਹਿਲਾਂ ਸਾਰੀ ਸੰਗਤ ਭਾਈ ਪਹੁੰਚ ਜਾਇਆ ਕਰੋ ਇੱਕ ਘੰਟਾ ਐਨ ਮਨ ਇਕਾਗਰ ਕਰਕੇ ਕੀਰਤਨ ਸੁਣਿਆ ਕਰੋ ਫਿਰ ਇੱਕ ਘੰਟਾ ਗੁਰ ਇਤਿਹਾਸ ਦੀ ਕਥਾ ਦਾ ਆਪਾਂ ਰਸ ਜੀਵਨ ਵਿੱਚ ਪ੍ਰਾਪਤ ਕਰਨਾ ਹੈ ਔਰ ਉਸ ਤੋਂ ਬਾਅਦ ਅਰਦਾਸ ਤੋਂ ਉਪਰੰਤ ਸ਼੍ਰੀ ਮੁਖ ਵਾਕ ਸੁਣ ਕੇ ਦੇਗ ਲੈ ਕੇ ਸਾਰੀ ਸੰਗਤ ਨੇ ਸ਼ਹੀਦਾਂ ਦੀ ਯਾਦ ਵਿੱਚ ਲੰਗਰ ਚੱਲ ਰਹੇ ਹੈ ਲੰਗਰ 'ਚੋਂ ਪ੍ਰਸ਼ਾਦਾ ਛਕ ਕੇ ਫਿਰ ਆਪਣੇ ਘਰਾਂ ਨੂੰ ਜਾਣਾ ਹੈ 6 ਜੂਨ ਤੱਕ ਇਸੇ ਤਰ੍ਹਾਂ ਸ਼ਹੀਦੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ ਸ਼੍ਰੀ ਮੁਖ ਵਾਕ ਤੋਂ ਬਾਅਦ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਤੁਹਾਨੂੰ ਕੁਝ ਬੇਨਤੀਆਂ ਕਰਨਗੇ ਉਹਨਾਂ ਦੇ ਮੁਖਾਰ ਬਿੰਦ ਤੋਂ ਬੇਨਤੀਆਂ ਸਰਵਣ ਕਰਨੀਆਂ ਵੀ ਜ਼ਰੂਰੀ ਹੈ ਸਮਾਗਮਾਂ ਪ੍ਰਤੀ ਸੋ ਇਹ ਵੀ ਖਿਆਲ ਰੱਖਣਾ ਹੈ ਮਹਿਤੇ ਨਗਰ ਦੀ ਸੰਗਤ ਨੇ ਲੰਗਰ ਵਰਤਾਉਣ ਦੀ ਬਹੁਤ ਵੱਡੀ ਸੇਵਾ ਲਈ ਹੋਈ ਹੈ ਸਾਰਾ ਨਗਰ ਬੜੇ ਚਾਅ ਨਾਲ ਸੇਵਾ ਕਰ ਰਿਹਾ ਜੇ ਕੋਈ ਭਾਈ ਪਿੱਛੇ ਹੈ ਤਾਂ ਅੱਗੇ ਹੋ ਕੇ ਵੱਧ ਚੜ੍ਹ ਕੇ ਸੰਗਤਾਂ ਦੀ ਸੇਵਾ ਵਿੱਚ ਲੱਕ ਬੰਨ੍ਹ ਕੇ ਲੱਗੋ ਤਾਂ ਕਿ ਆਪਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅੱਜ ਦੇ ਸਮਾਗਮ ਵਿੱਚ ਸੰਤ ਬਾਬਾ ਗੁਰਭੇਦ ਸਿੰਘ ਜੀ ਬੁਲਾਰੇ ਸੰਤ ਸਮਾਜ ਸੰਤ ਬਾਬਾ ਗੁਰਮੀਤ ਸਿੰਘ ਜੀ ਬਦੋਵਾਲ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਵੀਰ ਸਿੰਘ ਜੀ ਢੋਟ ਉਚੇਚੇ ਤੌਰ 'ਤੇ ਪਹੁੰਚੇ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਦਮਦਮੀ ਟਕਸਾਲ ਦੇ ਸਮਾਗਮਾਂ ਵਿੱਚ ਹਰ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਾਂ 400 ਸਾਲਾ ਅਵਤਾਰ ਗੁਰਪੁਰਬ ਦੀ ਸ਼ਤਾਬਦੀ 1 ਮਈ ਨੂੰ ਮਨਾਈ ਸੀ ਉੱਥੇ ਦਮਦਮੀ ਟਕਸਾਲ ਵੱਲੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਅਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਬੋਧ ਸਮਾਗਮ 10 ਮਾਰਚ ਤੋਂ ਪ੍ਰਾਰੰਭ ਕਰਕੇ ਸਾਧ ਸੰਗਤ ਜੀ ਲਗਭਗ 21 ਅਪ੍ਰੈਲ ਤੱਕ ਉਹ ਸਮਾਗਮ ਚੱਲੇ ਸਨ ਉਹਨਾਂ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੋ ਉਹ ਵੀ ਉਚੇਚੇ ਤੌਰ 'ਤੇ ਪਹੁੰਚੇ ਆ ਬਾਕੀ ਵੀ ਸੰਗਤਾਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਆਏ ਪਤਵੰਤਿਆਂ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸੁਨਤ ਬਿਪਰ ਤੂਸਨ ਹੋਏ ਰਹੇ ਵਿਚਾਰ ਨਾ ਉੱਤਰ ਲਹੇ ਸਾਧ ਸੰਗਤ ਜੀ ਕੱਲ੍ਹ ਨੂੰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਵੀ ਹੈ ਸ਼ਹੀਦੀ ਦਿਹਾੜੇ ਵੀ ਨਾਲ ਹੀ ਹੈ ਜਨਮ ਦਿਹਾੜੇ ਵੀ ਨਾਲ ਹੀ ਹੈ ਸੋ ਉਹਨਾਂ ਦੇ ਜਨਮ ਦਿਹਾੜੇ ਵੀ ਆਪਾਂ ਬੜੇ ਪ੍ਰੇਮ ਨਾਲ ਮਨਾਉਣੇ ਹਨ ਸੋ ਆਓ ਹੁਣ ਅਰਦਾਸ ਵਿੱਚ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ